ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ 84 ਦੇ ਕਤਲਾਂ ਦੇ ਖਿਲਾਫ ਹੱਕ 'ਚ ਕਾਂਗਰਸ ਦੇ ਖਿਲਾਫ ਲੜਦੇ ਰਹੇ, ਅੱਜ ਉਹ ਫੂਲਕਾ ਸਾਹਿਬ ਦੀ ਕੀ ਮਜਬੂਰੀ ਹੋ ਗਈ ਕਿ ਕਾਂਗਰਸ ਦੀ ਭਾਸ਼ਾ ਬੋਲ ਰਹੇ? ਜਿੱਥੇ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੱਖਾਂ ਦੇ ਕਤਲੇਆਮ ਕੀਤੇ, ਅੱਜ ਉਹ SGPC ਚੋਣਾਂ ਦੀ ਗੱਲ ਕਰ ਰਹੇ ਨੇ। ਇਹ ਕੀ ਫੂਲਕਾ ਸਾਹਿਬ ਤੇ ਕਾਂਗਰਸ ਦੇ ਵਿੱਚ ਕੀ ਕਿਹੜੀ ਖਿਓ ਖਿਚੜੀ ਹੁਣ ਨਵੀਂ ਬਣੀ ਹੈ? ਬੜੀ ਸ਼ਰਮ ਦੀ ਗੱਲ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਚੋਣਾਂ ਲਈ ਕਮਰ ਕੱਸ ਲਈ ਗਈ ਹੈ। ਅੱਜ ਬਠਿੰਡਾ ਰੂਰਲ ਦੇ ਪਿੰਡਾਂ ਦੇ ਵਿੱਚ ਜੋ ਉਹਨਾਂ ਵੱਲੋਂ ਦੌਰਾ ਕੀਤਾ, ਸੰਗਤ ਦਰਸ਼ਨ ਕੀਤਾ ਜਾ ਰਿਹਾ ਹੈ। ਸਾਡੇ ਨਾਲ ਮੌਜੂਦ ਨੇ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ। ਮੈਡਮ, HS ਫੂਲਕਾ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ, SGPC ਦੀ ਚੋਣਾਂ ਹੋਣੀਆਂ ਚਾਹੀਦੀਆਂ, ਤੁਹਾਡਾ ਕੀ ਕਹਿਣਾ ਹੈ? ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ 84 ਦੇ ਕਤਲਾਂ ਦੇ ਖਿਲਾਫ ਹੱਕ 'ਚ ਕਾਂਗਰਸ ਦੇ ਖਿਲਾਫ ਲੜਦੇ ਰਹੇ, ਅੱਜ ਉਹ ਫੂਲਕਾ ਸਾਹਿਬ ਦੀ ਕੀ ਮਜਬੂਰੀ ਹੋ ਗਈ ਕਿ ਕਾਂਗਰਸ ਦੀ ਭਾਸ਼ਾ ਬੋਲ ਰਹੇ? ਜਿੱਥੇ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਿੱਖਾਂ ਦੇ ਕਤਲੇਆਮ ਕੀਤੇ, ਅੱਜ ਉਹ SGPC ਚੋਣਾਂ ਦੀ ਗੱਲ ਕਰ ਰਹੇ ਨੇ, ਤੇ ਉਹ ਫੂਲਕਾ ਸਾਹਿਬ ਜਿਹੜਾ ਕਾਂਗਰਸ ਦੇ ਖਿਲਾਫ ਲੜਦੇ ਰਹੇ, ਅੱਜ ਉਹ ਉਹਨਾਂ ਦੇ ਪੱਖ ਦੇ ਉਹਨਾਂ ਦੀ ਹੱਕ ਦੀ ਗੱਲ ਕਰ ਰਹੇ, ਤੇ ਇਹ ਕੀ ਫੂਲਕਾ ਸਾਹਿਬ ਤੇ ਕਾਂਗਰਸ ਦੇ ਵਿੱਚ ਕੀ ਕਿਹੜੀ ਖਿਓ ਖਿਚੜੀ ਹੁਣ ਨਵੀਂ ਬਣੀ ਹੈ? ਬੜੀ ਸ਼ਰਮ ਦੀ ਗੱਲ ਹੈ ਕਿ ਤੁਸੀਂ ਉਸ ਪਾਰਟੀ ਦੇ ਨਾਲ ਖੜ ਕੇ ਉਹਦੀ ਗੱਲ ਵੀ ਕਰ ਸਕਦੇ ਹੋ ਜਿਹੜੀ ਗੱਲ ਸਿੱਖਾਂ ਦੇ ਵਿਰੋਧ ਦੀ ਗੱਲ ਹੈਗੀ। ਸੋ ਇਹ ਸਾਰੇ ਰਲ ਮਿਲ ਕੇ ਅਕਾਲੀ ਦਲ ਜਿਹੜੀ ਸਿੱਖਾਂ ਦੀ ਨੁਮਾਇੰਦੀ ਜਥੇਬੰਦੀ ਹੈ, ਜਿਨ੍ਹਾਂ ਨੇ ਸਿੱਖਾਂ ਵਾਸਤੇ ਜੇਲ੍ਹਾਂ ਕੱਟੀਆਂ ਨੇ, ਸੂਬੇ ਵਾਸਤੇ ਜੇਲ੍ਹਾਂ ਕੱਟੀਆਂ ਨੇ, ਅਤੇ ਸਿੱਖ ਕੌਮ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਦੇ ਹੱਕਾਂ ਦੀ ਲੜਾਈ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਲੜਾਈਆਂ ਰੱਖੀਆਂ ਨੇ, ਅੱਜ ਕਾਂਗਰਸ ਨੇ ਅਤੇ ਫੂਲਕਾ ਸਾਹਿਬ ਰਲ ਮਿਲ ਕੇ ਉਸ ਪਾਰਟੀ ਨੂੰ ਕਮਜ਼ੋਰ ਕਰਕੇ ਅੱਜ SGPC 'ਚ ਹੱਕ ਜਤਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਪਾਰਟੀਆਂ ਨੇ ਅਕਾਲੀ ਦਲ ਨੂੰ ਵੀ, ਅਕਾਲੀ ਦਲ ਨੂੰ ਛੱਡੋ, SGPC ਨੂੰ ਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਿੱਖਾਂ ਨੂੰ ਕਤਲ ਕੀਤਾ, ਅੱਜ ਉਹਨਾਂ ਪਾਰਟੀਆਂ ਦੇ ਨਾਲ ਐਡਾ ਵੱਡਾ ਅੱਤਵਾਦੀ ਹਮਲਾ ਹੋਇਆ। ਮੈਡਮ, ਨਵਜੋਤ ਸਿੰਘ ਸਿੱਧੂ ਵੱਲੋਂ ਕੋਈ ਵੀ ਰਿਐਕਸ਼ਨ ਨਹੀਂ ਦਿੱਤਾ ਗਿਆ, ਤਾਂ ਇਹ ਸੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਵੱਲੋਂ ਜੋ HS ਫੁਲਕਾ ਵੱਲੋਂ ਜੋ ਮੰਗ ਕੀਤੀ ਜਾ ਰਹੀ ਹੈ, SGPC ਦੀ ਜੋ ਚੋਣਾਂ ਹੋਣੀ ਚਾਹੀਦੀਆਂ ਨੇ, ਉਸ 'ਤੇ ਜਵਾਬ ਦਿੱਤਾ। ਕੈਮਰਾਮੈਨ ਰਾਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ TV, ਪਿੰਡ ਬੱਲੂਆਣਾ, ਬਠਿੰਡਾ।